ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ। ਸੋ ਅੱਜ ਮੈਂ ਆਪ ਜੀ ਦੇ ਵਿੱਚ ਇੱਕ ਐਸੀ ਵੀਡੀਓ ਲੈ ਕੇ ਆਇਆ, ਸੋ ਉਹਨਾਂ ਮਰੀਜ਼ਾਂ ਵਾਸਤੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਗੰਢਾਂ, ਬੱਚੇਦਾਨੀ 'ਚ ਔਰਤਾਂ ਦੇ ਗੰਢਾਂ, ਕਿਸੇ ਦੇ ਗਲ ਦੇ ਵਿੱਚ ਗੰਢਾਂ, ਜਿਨ੍ਹਾਂ ਨੂੰ ਡਾਕਟਰ ਕੈਂਸਰ ਤੱਕ ਦਾ ਨਾਂ ਦੇ ਦਿੰਦੇ ਨੇ, ਗਿਲਟੀਆਂ, ਗੰਢਾਂ ਸਰੀਰ ਦੇ ਵਿੱਚ ਜਿੰਨੀਆਂ ਮਰਜ਼ੀ ਹੋਣ, ਪਹਿਲੀ ਸਟੇਜ ਤੱਕ ਦਾ ਭਾਵੇਂ ਕੈਂਸਰ ਡਾਕਟਰਾਂ ਨੇ ਕਹਿ ਦਿੱਤਾ ਹੈ। ਜਿਹੜਾ ਮੈਂ ਨੁਸਖਾ ਅੱਜ ਤੁਹਾਡੇ ਹਵਾਲੇ ਕਰਨ ਲੱਗਿਆਂ, ਉਹ ਲਗਾਤਾਰ ਜੇ ਤੁਸੀਂ 3 ਮਹੀਨੇ ਵਰਤ ਲਓ ਤਾਂ ਪਹਿਲੀ ਸਟੇਜ ਦਾ ਕੈਂਸਰ, ਜਿੰਨੀਆਂ ਮਰਜ਼ੀ ਸਰੀਰ ਦੇ ਵਿੱਚ ਕਿਸੇ ਜਗ੍ਹਾ 'ਤੇ ਗੰਢਾਂ, ਜਿੰਨੀਆਂ ਮਰਜ਼ੀ ਗਿਲਟੀਆਂ, ਜਿੰਨੀਆਂ ਮਰਜ਼ੀ ਕਿਸੇ ਦੇ ਕੋਈ ਰਸੌਲੀ ਹੈ, ਗਰੰਟੀ ਦੇ ਨਾਲ ਬਿਲਕੁਲ ਉਹ ਠੀਕ ਹੋਣਗੀਆਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ ਉਹਨਾਂ 'ਤੇ। ਸੋ ਆਓ, ਉਸ ਨੁਸਖੇ ਦੇ 3 ਚੀਜ਼ਾਂ ਨੇ, ਉਹਨਾਂ ਨੂੰ ਨੋਟ ਕਰ ਲਓ। ਪਹਿਲੇ ਨੰਬਰ 'ਤੇ ਤੁਸੀਂ ਲੈਣੀ ਹੈ ਜੀ ਗੋਰਖ ਮੁੰਡੀ 300 ਗ੍ਰਾਮ। ਦੂਸਰੇ ਨੰਬਰ 'ਤੇ ਲੈਣਾ ਹੈ ਚਰੈਤਾ 200 ਗ੍ਰਾਮ। ਤੀਸਰੇ ਨੰਬਰ 'ਤੇ ਜਿਹੜੀ ਚੀਜ਼ ਲੈਣੀ ਹੈ ਉਹ ਲੈਣੀ ਹੈ ਕੱਚ ਨਾਰ 300 ਗ੍ਰਾਮ। ਸੋ ਤਿੰਨੇ ਚੀਜ਼ਾਂ ਲੈ ਲਓ ਤੁਸੀਂ, ਕੱਚ ਨਾਰ 300 ਗ੍ਰਾਮ, ਗੋਰਖ ਮੁੰਡੀ 200 ਗ੍ਰਾਮ ਅਤੇ ਚਰੈਤਾ 200 ਗ੍ਰਾਮ। ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਅਲੱਗ ਅਲੱਗ ਰੱਖ ਲਓ। ਵਰਤਣੀ ਕਿੱਦਾਂ, 2 ਗਲਾਸ ਪਾਣੀ ਦੇ ਵਿੱਚ ਰਾਤ ਨੂੰ ਇਹਨਾਂ ਤਿੰਨਾਂ ਚੀਜ਼ਾਂ ਦਾ 1-1 ਚਮਚਾ ਮਿਲਾ ਕੇ ਭਿਉਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਉਬਾਲੋ, ਜਦੋਂ 1 ਗਲਾਸ ਰਹਿ ਜੇ ਪੁਣ ਕੇ, ਉਦੋਂ ਘੁੱਟ ਘੁੱਟ ਕਰਕੇ ਸਵੇਰੇ ਖਾਲੀ ਪੇਟ ਪੀਓ। ਇਸੇ ਤਰ੍ਹਾਂ ਸਵੇਰੇ 2 ਗਲਾਸ ਪਾਣੀ 'ਚ ਭਿਉਂ ਕੇ ਰੱਖ ਦਿਓ, ਸ਼ਾਮ ਨੂੰ ਉਬਾਲ ਕੇ ਫਿਰ 1 ਗਲਾਸ ਰਹਿਣ 'ਤੇ ਘੁੱਟ ਘੁੱਟ ਕਰਕੇ ਇਹਨੂੰ ਪੀ ਲਓ। ਇਹ 2 ਟਾਈਮ ਪੀਣਾ ਹੈ। ਮੈਂ ਦੁਬਾਰੇ ਫਿਰ ਦੱਸਦੇ ਹਾਂ, ਸਰੀਰ 'ਚ ਕਿਤੇ ਵੀ ਕੋਈ ਰਸੌਲੀਆਂ ਨੇ, ਕਿਤੇ ਵੀ ਤੁਹਾਡੇ ਸਰੀਰ ਦੇ ਵਿੱਚ ਗੰਢਾਂ ਬਣ ਗਈਆਂ, ਕਿਤੇ ਵੀ ਗਿਲਟੀਆਂ ਨੇ, ਡਾਕਟਰ ਨੇ ਕਹਿਤਾ ਵੀ ਇਹ ਕੈਂਸਰ ਹੈ, ਆਪਰੇਸ਼ਨ ਹੋਊਗਾ, ਕੋਈ ਲੋੜ ਨਹੀਂ, ਪਹਿਲੀ ਸਟੇਜ ਤੱਕ ਦੇ ਕੈਂਸਰ ਨੂੰ ਇਹ ਨੁਕਤਾ ਖਤਮ ਕਰਦਾ। 3 ਮਹੀਨੇ ਵਰਤ ਲਓ, ਪਹਿਲਾਂ ਟੈਸਟ ਕਰਾ ਲਿਓ, ਉਸ ਤੋਂ ਬਾਅਦ ਫਿਰ ਟੈਸਟ ਕਰਾ ਲਿਓ, ਤੁਸੀਂ ਪੋਜ਼ੀਟਿਵ ਨਹੀਂ ਨੈਗੇਟਿਵ ਹੋ। ਸੋ ਆਓ ਕੁਦਰਤ ਨਾਲ ਜੁੜੀਏ। ਕੁਦਰਤ ਦੇ ਵਿੱਚ ਸਾਨੂੰ ਮੌਤ ਦੇ ਮੂੰਹ 'ਚੋਂ ਬਚਾਉਣ ਤੱਕ ਦੀਆਂ ਜੜੀ ਬੂਟੀਆਂ ਹੈਗੀਆਂ ਨੇ, ਇਹਨਾਂ ਨੂੰ ਵਰਤੀਏ। ਮੈਂ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ ਦੇ ਵਿੱਚ ਰਹਿੰਦਾ, ਪਿੰਡ ਡਸਕੇ ਦੇ ਵਿੱਚ ਰਹਿੰਦਾ। ਮੈਂ ਹਰ ਐਤਵਾਰ ਨੂੰ ਮਰੀਜ਼ਾਂ ਨੂੰ ਮਿਲਦਾ, ਕੋਈ ਵੀ ਕਿਸੇ ਵੀ ਬਿਮਾਰੀ ਨਾਲ ਪੀੜਿਤ ਹੈ ਉਹ ਮੈਨੂੰ ਹਰ ਐਤਵਾਰ ਪਿੰਡ ਡਸਕੇ ਦੇ ਵਿੱਚ ਮਿਲ ਸਕਦੇ ਹੋ। ਸਵੇਰੇ 8 ਵਜੇ ਤੋਂ ਸ਼ਾਮ ਦੇ 5-6 ਵਜੇ ਤੱਕ ਮਿਲਦਾ ਮੈਂ, ਤੁਸੀਂ ਮੈਨੂੰ ਮਿਲ ਸਕਦੇ ਹੋ। ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ, ਆਪਣੇ ਜ਼ਿਲ੍ਹੇ ਇਲਾਕਿਆਂ ਦੇ ਵਿੱਚ ਤੁਸੀਂ ਕੈਂਪ ਵੀ ਸਾਡੇ ਲਵਾ ਸਕਦੇ ਹੋ, ਲੋਕਾਂ ਨੂੰ ਜੜੀ ਬੂਟੀਆਂ ਤੋਂ ਜਾਣੂ ਕਰਾ ਸਕਦੇ ਹੋ, ਆਪਣੀ ਸਿਹਤ ਦੀ ਤੰਦਰੁਸਤੀ ਲਈ ਨੁਕਤੇ ਸਮਝ ਸਕਦੇ ਹੋ। ਸੋ ਜਿਨ੍ਹਾਂ ਨੇ ਮੈਨੂੰ ਮਿਲ ਕੇ ਆਪਣਾ ਇਲਾਜ ਕਰਾਉਣਾ ਹੋਵੇ ਤਾਂ ਮੈਂ ਸੰਡੇ ਨੂੰ ਮਿਲਦਾ ਆਪਣੇ ਪਿੰਡ ਦੇ ਵਿੱਚ, ਤੁਸੀਂ ਸਾਨੂੰ ਮਿਲ ਸਕਦੇ ਹੋ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਸਾਡਾ ਚੈਨਲ ਦੇ ਹਿੱਸੇਦਾਰ ਬਣੋ ਤਾਂ ਜੋ ਤੁਹਾਡੇ ਤੱਕ ਸਾਡੀਆਂ ਵੀਡੀਓ ਪਹੁੰਚਣ, ਜਿਹੜੀ ਵੀ ਅਸੀਂ ਪਾਈ ਉਹ ਤੁਹਾਡੇ ਤੱਕ ਪਹੁੰਚੇ।
ਤਾਂ ਜੋ ਤੁਸੀਂ ਅੱਗੇ ਵੀ ਇਲਾਜ ਦੱਸ ਸਕੋ, ਅੱਗੇ ਵੀ ਲੋਕਾਂ ਦਾ ਭਲਾ ਕਰ ਸਕੋ। ਉਹਦੇ ਵਾਸਤੇ ਤੁਹਾਨੂੰ ਜੋ ਤੁਹਾਡੀ ਸਕਰੀਨ ਤੇ ਲਾਲ ਬਟਨ ਛੋਟਾ ਜਿਹਾ ਥੱਲੇ ਦਿਸ ਰਿਹਾ, ਉਹਨੂੰ ਦੱਬੋ, ਨਾਲ ਘੰਟੀ ਵਾਲਾ ਬਟਨ ਹੈ ਉਹਨੂੰ ਦੱਬੋ, ਤਾਂ ਜੋ ਤੋ ਅਸੀਂ ਸਾਡੇ ਚੈਨਲ ਦੇ ਹਿੱਸੇਦਾਰ ਬਣ ਸਕੋ, ਸਾਡੇ ਨਾਲ ਜੁੜ ਸਕੋ। ਤੁਹਾਡਾ ਸਭ ਦਾ ਧੰਨਵਾਦ, ਜਿੰਨੇ ਵਿਦੇਸ਼ਾਂ ਦੇ ਵਿੱਚ, ਜਿੰਨੇ ਵੀ ਇੰਡੀਆ ਦੇ ਵਿੱਚ ਰਹਿ ਰਹੇ ਹੋ, ਸਾਨੂੰ ਨਾਲ ਸੰਪਰਕ ਕਰਕੇ, ਸਾਡੇ ਨਾਲ ਵੈਸੇ ਜੁੜ ਕੇ, ਸਾਨੂੰ ਸਹਿਯੋਗ ਭੇਜ ਕੇ ਸਾਡੀ ਮਦਦ ਕਰ ਰਹੇ ਹੋ, ਬੜਾ ਧੰਨਵਾਦ ਹੈ। ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹੋ, ਸਰਬੱਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।